ਇਜ਼ਰਾਈਲ ਹਮਾਸ ਯੁੱਧ ਦੇ ਵਿਚਕਾਰ ਦੁਨੀਆ ਭਰ ਦੀਆਂ ਸੁਰੱਖਿਆ ਏਜੰਸੀਆਂ ਨੇ ਆਪਣੇ ਰਾਜ ਤੇ ਮੁਖੀਆਂ ਦੀ ਸੁਰੱਖਿਆ ਨੂੰ ਲੈ ਕੇ ਵਧੇਰੇ ਸੂਚਿਤ ਹੋ ਗਈਆਂ ਨੇ ਇਸ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਗਲਤੀ ਸਾਹਮਣੇ ਆਈ ਹੈ ਇੱਥੇ ਡੈਲਾਵੇਅਰ ਦੇ ਵਿੱਚ ਸਿਵਲ ਹਵਾਈ ਜਹਾਜ਼ਾਂ ਲਈ ਨੋ ਫਲਾਈ ਜ਼ੋਨ ਹੋਣ ਦੇ ਬਾਵਜੂਦ ਇੱਕ ਜਹਾਜ਼ ਅਚਾਨਕ ਬਾਈਡਨ ਦੇ ਘਰ ਦੇ ਨੇੜੇ ਦਾਖਲ ਹੋ ਗਿਆ ਹਾਲਾਂਕਿ ਵਿਕਤੀ ਵਿਕਤੀ ਅਮਰੀਕੀ ਸੁਰੱਖਿਆ ਏਜੰਸੀਆਂ ਦੇ ਲੜਾਕੂ ਜਹਾਜ਼ਾਂ ਨੇ ਉਡਾਣ ਭਰੀ ਅਤੇ ਜਹਾਜ਼ ਨੂੰ ਸੁਰੱਖਿਅਤ ਹਵਾਈ ਅੱਡੇ ਤੇ ਉਤਾਰਿਆ ਗਿਆ ਪਤਾ ਲੱਗਾ ਹੈ ਕਿ ਬਾਈਡਨ ਬਲਿੰਗਟਨ ਦੇ ਆਪਣੇ ਘਰ ਤੇ ਮੌਜੂਦ ਸੀ ਜਦੋਂ ਨਾਗਰਿਕ ਜਹਾਜ਼ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਘਰ ਦੇ ਨੇੜੇ ਪਬੰਦੀ ਸ਼ੁਦਾਸ ਦੋਨ ਵਿੱਚ ਕੋਸਪੈਕਟ ਕੀਤੀ ਫਾਕਸ ਨਿਊਜ਼ ਨੇ ਸੰਯੁਕਤ ਰਾਸ਼ਟਰ ਦੀ ਸੀਕ੍ਰੀਟ ਸਰਵਿਸ ਦੇ ਸੰਚਾਰ ਮੁਖੀ ਐਂਥਨੀ ਦੇ ਹਵਾਲੇ ਨਾਲ ਇਹ ਦਾਵਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਾਨਕੀ ਗੂਗਲੀ ਐਲਮੀ ਨੇ ਕਿਹਾ ਹੈ ਕਿ ਨਾਗਰਿਕ ਜਹਾਜ਼ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਤੋਂ ਥੋੜੀ ਦੇਰ ਬਾਅਦ ਬਲਮਿੰਗਟਨ ਦੇ ਉੱਤਰ ਵੱਲ ਪਾਬੰਦੀਸ਼ੁਦਾ ਹਵਾਈ ਖੇਤਰ ਵਿੱਚ ਦਾਖਲ ਹੋਇਆ। ਉਹਨਾਂ ਨੇ ਕਿਹਾ ਕਿ ਲੜਾਕੂ ਜਹਾਜ਼ਾਂ ਦੀ ਮਦਦ ਦੇ ਨਾਲ ਨਾਗਰਿਕ ਜਹਾਜ਼ ਨੂੰ ਸਾਵਧਾਨੀ ਦੇ ਤੌਰ ਤੇ ਰੋਕਿਆ ਗਿਆ ਅਤੇ ਨੇੜਲੇ ਹਵਾਈ ਅੱਡੇ ਤੇ ਸੁਰੱਖਿਅਤ ਉਤਾਰਿਆ ਗਿਆ। ਰਿਪੋਰਟਾਂ ਦੀ ਮੰਨੀਏ ਤਾਂ ਨਾਗਰਿਕ ਜਹਾਜ਼ਾਂ ਦੀ ਇਸਕਸਪੈਕਟ ਤੋਂ ਲੈ ਕੇ ਅਜੇ ਤੱਕ ਕੋਈ ਖਤਰਾ ਸਾਹਮਣੇ ਨਹੀਂ ਆਇਆ ਹੈ ਹਾਲਾਂਕਿ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਦੇ ਮੱਦੇਨਜ਼ਰ ਸੀਕ੍ਰੀਟ ਸਰਵਿਸ ਅਤੇ ਫੈਡਰਲ ਐਵੀਗੇਸ਼ਨ ਐਡਮਿਨਿਸਟ੍ਰੇਸ਼ਨ ਦੇ ਏਜੰਟਾਂ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਲਾਈਟ ਦੇ ਪਾਇਲਟ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਹਾਜ਼ ਕਿਸ ਮਕਸਦ ਦੇ ਨਾਲ ਉਡਾਣ ਭਰਿਆ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਦਾ ਸਮਾਂ ਅਤੇ ਹੋਰ ਪੈਟਰਨ ਵੀ ਵੇਖਿਆ ਜਾ ਰਿਹਾ ਹੈ ਇਸ ਦਰਾਨ ਫੌਕਸ ਨਿਊਜ਼ ਦੀ ਰਿਪੋਰਟ ਨੇ ਗੁਗਲੀਲਮੀ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਘਟਨਾ ਦਾ ਅਮਰੀਕੀ ਰਾਸ਼ਟਰਪਤੀ ਯਾਤਰਾ ਤੇ ਕੋਈ ਅਸਰ ਨਹੀਂ ਪਿਆ ਹੈ